ਦਰਬਾਰ ਸਾਹਿਬ ਕੰਪਲੈਕਸ ਦੇ ਨੇੜੇ 3 ਵਾਰ ਬੰਬ ਬਲਾਸਟ ਹੋਏ ਹੈ। ਪਹਿਲੀ ਵਾਰ ਹੋਇਆ, ਸਰਕਾਰ ਨੇ ਕੋਈ ਐਕਸ਼ਨ ਲਿੱਤਾ। ਦੂਜੀ ਵਾਰ ਬੰਬ ਬਲਾਸਟ ਹੋਇਆ, ਕੋਈ ਪਤਾ ਨਹੀਂ ਲੱਗਿਆ ਉਹਨਾਂ ਨੂੰ। ਤੀਜੀ ਵਾਰ SGPC ਦੇ ਸੇਵਾਦਾਰਾਂ ਨੇ ਦੋਸ਼ੀ ਫੜੇ ਹੈ। ਜਿਹੜਾ ਕੰਮ ਪੰਜਾਬ ਸਰਕਾਰ ਦਾ ਸੀ, ਸਰਕਾਰ ਨੇ ਤਾਂ ਕੀ ਕਰਨਾ ਸੀ, SGPC ਨੂੰ ਕਰਨਾ ਪਿਆ। ਆਹ ਤਾਂ ਹਾਲਾਤ ਪੰਜਾਬ ਦੇ ਹੈ। ਅੱਜ ਸ਼ਰੇਆਮ ਗੁੰਡਾਗਰਦੀ, ਸ਼ਰੇਆਮ ਗੈਂਗਸਟਰ, ਸ਼ਰੇਆਮ ਲਾਅ ਐਂਡ ਆਰਡਰ ਸਿਚੁਏਸ਼ਨ ਦੀ ਹਾਲਾਤ ਹੈ। ਮੁੱਖ ਮੰਤਰੀ ਰਹਿਣ ਦੇ ਲਾਇਕ ਨਹੀਂ ਹੈ। ਜੇ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ 'ਤੇ ਅਟੈਕ ਹੋ ਸਕਦਾ ਹੈ, ਨੇੜੇ ਅਟੈਕ ਹੋ ਸਕਦਾ ਹੈ, ਫਿਰ ਤਾਂ ਕਿ ਕੋਈ ਵੀ ਸੁਰੱਖਿਅਤ ਨਹੀਂ ਹੈ। ਪੂਰੇ ਦੁਨੀਆ ਦੀ ਸਭ ਤੋਂ ਮੋਸਟ ਹਾਈਲੀ ਵਿਜ਼ਿਟਡ, ਇੱਥੇ ਲੋਕ ਸ਼ਰਧਾਲੂ ਆਉਂਦੇ, ਲੱਖਾਂ ਦੀ ਗਿਣਤੀ ਸ਼ਰਧਾਲੂ ਆਉਂਦੇ ਆ। ਜੇ ਇਹੋ ਜਿਹੀ ਜਗ੍ਹਾ 'ਤੇ ਵੀ ਹੋ ਸਕਦਾ ਤਾਂ ਫਿਰ ਇੱਥੇ ਉਮੀਦ ਰੱਖਣੀ ਪੰਜਾਬ ਸਰਕਾਰ ਤੋਂ, ਮੈਨੂੰ ਲੱਗਦਾ ਬਿਲਕੁਲ ਹੀ ਲੋਕਾਂ ਦੇ ਮਨ 'ਚ ਐਂ ਲੱਗ ਰਿਹਾ ਜਿਵੇਂ ਇੱਥੇ ਕੋਈ ਤਾਲਿਬਾਨ ਦਾ ਰਾਜ ਹੈ, ਸਰਕਾਰ ਨਾਂ ਦੀ ਕੋਈ ਚੀਜ਼ ਐਗਜਿਸਟ ਨਹੀਂ ਕਰ ਰਹੀ।